ਲੱਗਦਾ ਹੈ ਵੀ ਪਿਛਲੇ ਕੁਝ ਸਾਲਾਂ ਤੋਂ ਜੇ ਅੱਜ ਦੀ ਗੱਲ ਕਰੀਏ ਤਾਂ ਬੜਾ ਰੁਝਾਨ ਜ਼ਿਆਦਾ ਵੱਧ ਗਿਆ, ਇੱਥੇ ਬੇਰੁਜ਼ਗਾਰੀ ਹੈਗੀ ਹੈ। ਮੈਨੂੰ ਲੱਗਦਾ ਹੁਣ ਸਰਕਾਰ ਖੁਦ ਵੀ ਕਹਿੰਦੀ ਵੀ ਇਹ ਬਿਜ਼ਨਸ ਬੜਾ ਗਰੋ ਕਰ ਲਿਆ, ਮੈਨੂੰ ਲੱਗਦਾ ਇਹ ਵੀ ਸ਼ਾਇਦ ਕਿਤੇ ਨਾ ਕਿਤੇ ਕਾਰਨ ਸਰਕਾਰ ਦੇ ਮਾਇੰਡ 'ਚ ਹੋ ਸਕਦਾ ਵੀ ਰੈਵਨਿਊ ਤਾਂ ਹੈਗਾ ਹੀ ਨਾ ਇੱਥੋਂ ਦਾ। ਇਸੇ ਚੀਜ਼ ਨੂੰ ਦੂਸਰਾ ਤਰੀਕਾ ਵੀ ਹੈਗਾ ਕਹਿਣ ਦਾ ਕਿ ਬੇਰੁਜ਼ਗਾਰੀ ਨਹੀਂ ਹੈਗੀ, ਸ਼ੌਂਕ ਬੜਾ ਪੈ ਗਿਆ, ਸ਼ੌਕੀਨ ਹੋ ਗਏ ਮੁੰਡੇ ਸਾਡੇ। ਤੁਸੀਂ ਇਹਨੂੰ ਬੇਰੁਜ਼ਗਾਰੀ ਦੇ ਹਿਸਾਬ ਨਾਲ ਪ੍ਰੈਜੈਂਟ ਕਰੋਗੇ, ਅਸੀਂ ਕਹਾਂਗੇ ਅੱਜ ਕੱਲ੍ਹ ਲੋਕਾਂ ਨੂੰ ਸ਼ੌਂਕ ਹੈ ਬਾਹਰ ਜਾਣ ਦਾ, ਲੋਕ ਜ਼ਿੰਦਗੀ 'ਚ ਗਰੋ ਸ਼ੌਂਕ ਕਰਨਾ ਤਾਂ ਘੁੰਮਣ ਚਾਹੁੰਦੇ। ਵਾਲੇ ਨੂੰ ਨਾ ਨਹੀਂ, ਬਾਹਰ ਜਿਹੜਾ ਜਾ ਰਿਹਾ ਜੀ, ਟੂਰਿਸਟ ਵੀਜ਼ੇ ਦੇ, ਸਟੂਡੈਂਟ ਵੀਜ਼ੇ ਦੇ, ਹਰ ਬੰਦੇ ਨਜ਼ਾਰੇ ਟੁੱਟਣ ਡਿਆ ਜੀ। ਵਧੀਆ ਮੌਸਮਾਂ 'ਚ ਲੋਕ ਰਹਿ ਰਹੇ ਆ, ਵਧੀਆ ਖਾਣਾ ਖਾ ਰਹੇ ਆ, ਇੰਜੋਏ ਕਰਨ ਡਿਆ ਹਰ ਬੰਦਾ। ਦੇਖੋ ਫੇਸਬੁੱਕ ਦੇ ਉੱਤੇ ਕੀ ਹੋਣ ਡਿਆ, ਇੰਸਟਾਗ੍ਰਾਮ 'ਤੇ ਜਿਹੜੀ ਦੁਨੀਆ ਬਾਹਰ ਗਈ, ਜ਼ਿੰਦਗੀ ਜਿਉਂਦੇ ਪਏ ਲੋਕ ਜਾ ਕੇ। ਹਰ ਇਨਸਾਨ ਜਿਹੜਾ ਜਨਮ ਲਿਆ ਉਹਨੂੰ ਜੀਣ ਦਾ ਹੱਕ ਹੈ ਨਾ, ਅਤੇ ਪੰਜਾਬੀ ਲੋਕ ਬਾਹਰ ਜਾ ਕੇ ਇੰਜੋਏ ਕਰਦੇ ਪਏ। ਅੱਛਾ ਹੁਣ ਇਹ ਵੀ ਦੱਸੋ ਮੈਨੂੰ, ਸਭ ਕੁਝ ਠੀਕ ਹੈ ਇਹਨਾਂ ਦਾ ਜੀ, ਕੇਸ ਫਰੈਸ਼ਰ ਹੈਗੇ ਨੇ, ਬੈਂਡ ਵੀ ਅੱਛੇ ਨੇ, ਮੈਨੂੰ ਲੱਗਦਾ ਰਿਫਿਊਜ਼ ਹੋ ਗਿਆ ਜੀ ਵੀਜ਼ਾ। ਮੈਂ ਉਹੀ ਗੱਲ ਕਰ ਰਿਹਾ, ਫਿਰ ਰਿਫਿਊਜ਼ ਕਿੱਦਾਂ ਹੋ ਜਾਂਦਾ? ਫਾਰਮ ਗਲਤ ਭਰਤਾ ਜੀ, ਫਾਰਮ 'ਚ ਲਿਖਤਾ ਵੀ ਅਸੀਂ ਪੱਕੇ ਹੋਣ ਚੱਲੇ ਹਾਂ ਉੱਥੇ, ਫਾਰਮ 'ਚ ਕੋਰਸ ਗਲਤ ਲੈ ਲਿਆ, ਤਰੀਕ ਗਲਤ ਪਾਤੀ, ਜਨਮ ਤਰੀਕ ਗਲਤ ਪਾਤੀ ਕਿਸੇ ਰਿਸ਼ਤੇਦਾਰ ਦੀ, ਪਹਿਲਾਂ ਅਮਰੀਕਾ ਤੋਂ ਰਿਫਿਊਜ਼ ਸੀਗੇ, ਦੱਸਿਆ ਨਹੀਂ, ਕੋਈ ਪਰਿਵਾਰ 'ਚ ਕੋਈ ਬੰਦਾ ਬਾਹਰ ਇਲੀਗਲ ਰਹਿੰਦਾ ਸੀ, ਉਹਦੀ ਡਿਟੇਲ ਨਹੀਂ ਦਿੱਤੀ, ਕਿਤੇ ਨਾ ਕਿਤੇ ਡਾਟਾ ਮੈਚ ਕਰ ਗਿਆ। ਕੋਰਸ ਸ਼ੁਰੂ ਹੋਣ ਵਾਲਾ ਸੀਗਾ, ਪਹਿਲਾਂ ਅਪਲਾਈ ਕਰਤਾ, ਕੋਰਸ ਦੀ ਡੇਟ ਲੰਘ ਗਈ ਤਾਂ ਰਿਫਿਊਜ਼ ਹੋ ਗਿਆ। ਬਹੁਤ ਸਾਰੇ ਰੀਜ਼ਨ ਹੁੰਦੇ। ਹਾਂ ਇਹ ਇਹ ਮੈਨੂੰ ਲੱਗਦਾ ਇਸ ਸ਼ੋਅ ਦੇ ਵਿੱਚ ਵੀ ਇੱਕ ਜਿਹੜੀ ਪਹਿਲੀ ਕਾਲ ਆਈ ਸੀ ਉੱਥੇ ਵੀ ਇਹੀ ਰੀਜ਼ਨ ਹੋਇਆ ਸੀ। ਇਹੋ ਜੇ ਸਟੂਡੈਂਟਸ ਜਿੱਦਾਂ ਮੈਨੂੰ ਇੱਕ ਤਾਂ ਜਾਣਕਾਰੀ ਲੈਣ ਵੀ ਮੈਨੂੰ ਇਸ ਇਨਟੇਕ ਦੇ ਵਿੱਚ ਜਾਣ ਲਈ ਕਦੋਂ ਫਾਈਲ ਲਾਉਣੀ ਚਾਹੀਦੀ ਹੈ, ਕਿਹੜਾ ਸਹੀ ਸਮਾਂ? ਪਤਾ ਜੀ, ਸਾਰਿਆਂ ਨੂੰ ਪਤਾ 45 ਦਿਨ ਪਹਿਲਾਂ ਫਾਈਲ ਲੱਗਦੀ ਅੰਬੈਸੀ ਨੂੰ, ਜਦੋਂ ਕੋਰਸ ਸ਼ੁਰੂ ਹੋਣਾ ਹੋਵੇ ਲੋਕ ਫੇਰ ਨਹੀਂ ਹਟਦੇ। ਹੁਣ ਅਸੀਂ ਹਾਕਾ ਮਾਰਦੇ ਪਏ ਹਾਂ ਕਿ ਭਾਈ ਇਲੈਕਸ਼ਨ ਆਉਣ ਵਾਲਾ, ਇਲੈਕਸ਼ਨ ਵਾਲਾ ਪਹਿਲਾਂ ਕਰ ਲਓ, ਪਹਿਲਾਂ ਕਰ ਲਓ, ਲੋਕ ਨਹੀਂ ਆਉਂਦੇ ਪਏ। ਜਦੋਂ ਇਲੈਕਸ਼ਨ ਲੰਘ ਜਾਣਾ, ਜਦੋਂ ਰੂਲ ਚੇਂਜ ਹੋ ਗਏ, ਫੇਰ ਕਹਿਣਾ ਹਾਂਜੀ ਕਰ ਦਿਓ ਭਲਾਈ। ਪੈਸਾ ਵੀ ਲੱਗਦਾ ਨਾ, ਹਰ ਕਿਸੇ ਕੋਲ ਪੈਸੇ ਵੀ ਨਹੀਂ ਹੁੰਦੇ, ਕਈ ਤਰ੍ਹਾਂ ਦੀਆਂ ਹੋਰ ਪ੍ਰੋਬਲਮਸ ਹੁੰਦੀਆਂ। ਜੇ ਮੰਨ ਲਓ ਅੱਜ ਕੋਈ ਸਟੂਡੈਂਟ ਹੈਗਾ, ਅੱਜ ਉਹ ਜਾਣਾ ਚਾਹੁੰਦਾ, ਇਹ ਮੈਂ ਸਵਾਲ ਲੈਣਾ, ਪਹਿਲਾਂ ਕਾਲ ਲੈਣਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਜੀ ਸੰਭਾਲ ਤੋਂ ਬੋਲ ਰਹੇ ਜੀ। ਹਾਂਜੀ ਅੰਬਾਲੇ ਤੋਂ ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਰ ਆਪਾਂ ਕਹਿਣਾ ਹੈ ਵੀਜ਼ਾ ਆਪਣਾ ਕਰਨਾ ਹੈ, ਬੇਟਾ ਅਪਲਾਈ ਮੈਂ ਮਤਲਬ 7.5 ਸਾਲ ਉਮਰ ਹੈ, ਮਤਲਬ ਕਿ ਸਰ ਆਪਣਾ ਲੱਗ ਜੇ ਵੀਜ਼ਾ ਨਹੀਂ ਸਰ? ਹਾਂਜੀ ਲੱਗ ਜਾਏਗਾ ਜੀ। ਕਿੰਨਾ ਪੜ੍ਹਿਆ ਕਿੰਨਾ ਬੱਚਾ? 10th ਕੀਤੀ ਜੀ, ਕਲੀਅਰ। ਹਾਂਜੀ ਵੀਜ਼ਾ ਲੱਗ ਜਾਏਗਾ, 12ਵੀਂ ਕਰਾ ਲਓ ਇੱਕ ਵਾਰੀ ਪਹਿਲਾਂ ਜੀ। ਠੀਕ ਹੈ, ਹਾਂਜੀ ਹਾਂਜੀ, ਓਕੇ ਓਕੇ। ਸਵਾਲ ਸੀਗਾ ਵੀ ਰਿਫਿਊਜ਼ ਕਿਵੇਂ ਲੱਗ ਜਾਂਦਾ ਜਦੋਂ ਸਭ ਕੁਝ ਠੀਕ ਵੀ ਹੁੰਦਾ, ਫਿਰ ਬੱਚੇ ਨੂੰ ਸਹੀ ਸਮਾਂ ਕਦੋਂ? ਹੁਣ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਮਾਂ ਸਹੀ ਹੈਗਾ ਕਿ ਇਸ ਇਨਟੇਕ ਦੇ ਵਿੱਚ ਬੱਚਾ ਐਡਮਿਸ਼ਨ ਲੈ ਸਕਦਾ, ਵੀ ਉਹਦਾ ਆਸਾਨੀ ਦੇ ਨਾਲ ਵੀਜ਼ਾ ਵੀ ਆ ਜਾਵੇ ਉਹਦੀ, ਜਿੱਦਾਂ ਪਹਿਲਾਂ ਕਾਲਰ ਸੀਗਾ ਵੀ ਮੇਰੀ ਡੇਟ ਜਿਹੜੀ ਆ ਲੰਘ ਗਈ ਆ ਕਲਾਸਿਸ ਦੀ, ਔਰ ਹੁਣ ਜ਼ਿਆਦਾ ਚਾਂਸਿਸ ਇਹੀ ਆ ਵੀ ਵੀਜ਼ਾ ਨਹੀਂ ਲੱਗੂਗਾ, ਹੈ ਨਾ? ਅਤੇ ਸਹੀ ਸਮਾਂ ਬੱਚੇ ਨੂੰ ਕਿੱਦਾਂ ਪਤਾ ਲੱਗ ਸਕਦਾ ਹੈ, ਕਿਹੜੇ ਇਨਟੇਕ ਦੇ ਵਿੱਚ ਕਦੋਂ ਅਪਲਾਈ ਕਰਨਾ ਹੈ, ਇਹ ਸਾਰੀ ਜਾਣਕਾਰੀ ਕਿੱਦਾਂ ਮਿਲ ਸਕਦੀ ਬੱਚੇ ਨੂੰ? ਜਿਹਨੇ ਵੀ ਕੈਨੇਡਾ ਜਾਣਾ ਉਹਨੂੰ ਸਹੀ ਸਲਾਹ ਇਹ ਹੈ ਵੀ ਘੱਟੋ ਘੱਟ 6 ਮਹੀਨੇ ਲੱਗਦੇ ਆ। 6 ਮਹੀਨੇ ਦਾ ਪ੍ਰੋਸੈਸ ਹੈ ਜੇਕਰ ਤੁਸੀਂ ਕੈਨੇਡਾ ਜਾਣਾ। ਆਈਲੈਟ ਕਰੋ, ਆਈਲੈਟ ਤੋਂ ਬਾਅਦ ਚੰਗਾ ਕੋਰਸ ਚੋਣ ਕਰੋ, 3-4 ਕਾਲਜਾਂ ਨੂੰ, ਯੂਨੀਵਰਸਿਟੀਆਂ ਨੂੰ ਆਪਣੀ ਐਪਲੀਕੇਸ਼ਨ ਭੇਜੋ। ਤੁਹਾਨੂੰ 3-4 ਜਗ੍ਹਾ ਤੋਂ ਐਡਮਿਸ਼ਨ ਆਉਂਦੀ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ ਵੀ ਕਿਹੜੀ ਜਗ੍ਹਾ 'ਤੇ ਤੁਸੀਂ ਅਪਲਾਈ ਕਰਨਾ। ਜਦੋਂ ਖੜ੍ਹੇ ਪੈਰੀ ਅਪਲਾਈ ਕਰਦੇ ਹੋ, 1-2 ਮਹੀਨੇ ਨਹੀਂ ਹੁੰਦੇ ਕੋਰਸ ਸ਼ੁਰੂ ਹੋਣ ਨੂੰ, ਤਾਂ ਤੁਹਾਨੂੰ ਚੋਇਸ ਨਹੀਂ ਮਿਲਦੀ। ਆਪਣਾ ਮਨਪਸੰਦ ਕੋਰਸ ਲੈਣਾ ਚਾਹੁੰਦੇ ਹੋ, ਘੱਟੋ ਘੱਟ 6 ਮਹੀਨੇ ਪਹਿਲਾਂ ਅਪਲਾਈ ਕਰੋ। 6.5 ਬੈਂਡ ਤੁਹਾਡੇ ਹੋਣੇ ਚਾਹੀਦੇ ਆ, 6 ਬੈਂਡ ਈਚ ਹੋਣੇ ਚਾਹੀਦੇ ਆ, ਨੰਬਰ ਤੁਹਾਡੇ 70% ਤੋਂ ਉੱਤੇ ਹੋਣੇ ਚਾਹੀਦੇ ਆ, ਅਤੇ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਜੇ ਤੁਸੀਂ ਯੂਨੀਵਰਸਿਟੀ ਵੱਲ ਨੂੰ ਜਾਂਦੇ ਹੋ। ਕਾਲਜ ਵੱਲ ਨੂੰ ਆ ਜਾਂਦੇ ਹੋ, ਕੋਰਸ ਮਿਸਮੈਚ, ਪੜ੍ਹਾਈ 'ਚ ਗੈਪ, ਕਈ ਤਰ੍ਹਾਂ ਦੀਆਂ ਹੋਰ ਪ੍ਰੋਬਲਮ ਆ ਜਾਂਦੀਆਂ ਜਿਹਦੇ ਕਰਕੇ ਵੀਜ਼ਾ ਰਿਫਿਊਜ਼ ਹੋ ਜਾਂਦਾ। 6 ਮਹੀਨੇ ਦੀ ਤਿਆਰੀ ਚਾਹੀਦੀ ਹੈ ਤੁਹਾਨੂੰ ਜੇ ਤੁਸੀਂ ਕੈਨੇਡਾ ਜਾਣਾ, ਜੇ ਤੁਸੀਂ ਚਾਹੁੰਦੇ ਹੋ ਵੀਜ਼ਾ ਰਿਫਿਊਜ਼ ਨਾ ਹੋਵੇ। ਔਰ ਤੁਹਾਨੂੰ ਆਪ ਥੋੜ੍ਹਾ ਜਿਹਾ ਇਨੀਸ਼ੀਏਟਿਵ ਲੈਣਾ ਪੈਣਾ, ਆਪ 3-4 ਯੂਨੀਵਰਸਿਟੀਆਂ ਨੂੰ ਅਪਲਾਈ ਕਰਨਾ ਪੈਣਾ, ਕਿਸੇ ਏਜੰਟ ਦੇ ਚੱਕਰ 'ਚ ਪੈਣ ਨਾਲੋਂ ਇੱਕ ਵਾਰੀ ਆਪ ਰਿਸਰਚ ਕਰੋ, ਸਾਡੇ ਕੋਲ ਵੀ ਆਓ, ਹੋਰ ਏਜੰਟਾਂ ਕੋਲ ਵੀ ਜਾਓ, ਗਿਆਨ ਲਓ, ਚੀਜ਼ਾਂ ਸਮਝੋ, ਜਦੋਂ ਸਮਝ ਲੱਗ ਜਾਂਦੀ ਹੈ ਫਿਰ ਅਪਲਾਈ ਕਰੋ। ਵੀਰੇ ਬਿਨਾਂ ਇਸ ਤੋਂ ਜਾ ਸਕਦੇ? ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ, ਮੈਨੂੰ ਲੱਗਦਾ ਬਹੁਤ ਜਾ ਸਕਦੇ ਹਾਂ ਜੀ, ਅਸੀਂ ਭੇਜਦੇ ਨਹੀਂ ਹੁਣ ਕਿਸੇ ਨੂੰ, ਕਿਉਂਕਿ ਪ੍ਰੋਬਲਮ ਹੈ ਵੀ ਉੱਥੇ ਏਅਰਪੋਰਟ 'ਤੇ ਫੜਿਆ ਜਾਂਦਾ ਬੰਦਾ, ਅੰਗਰੇਜ਼ੀ ਬੋਲਣੀ ਪੈਂਦੀ, ਅੰਗਰੇਜ਼ੀ ਬੋਲਣੀ ਨਹੀਂ ਆਉਂਦੀ, ਉੱਥੋਂ ਵਾਪਸ ਭੇਜ ਦਿੰਦੇ ਲੋਕ। ਮਤਲਬ ਚਾਂਸ ਹੈਗਾ, ਬਟ ਚਾਂਸ ਹੈਗਾ, ਇੰਗਲਿਸ਼ ਕੋਰਸ 'ਚ ਵੀਜ਼ਾ ਲੱਗ ਜਾਂਦਾ, ਅਸੀਂ ਉਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ।